लोकसभा चुनाव 2024 के सातवें और अंतिम फेज में शनिवार 1 जून को 7 राज्यों और एक केंद्र शासित प्रदेश की 57 सीटों पर वोटिंग जारी है। चुनाव आयोग के वोटर टर्नआउट ऐप के मुताबिक सुबह 11 बजे तक 26.30% वोटिंग हो चुकी है। सबसे ज्यादा 31.92% वोटिंग हिमाचल प्रदेश में और सबसे कम 22.64% वोटिंग उड़ीसा में हुई है। वहीं अगर लुधियाना की बात की जाए तो लुधियाना में भी 23.10% की वोटिंग अभी तक हो चुकी है। इसके अलावा लुधियाना में वोटर्स के उत्साह भी देखने को मिल रहे हैं। साथ ही पंजाब कांग्रेस के पूर्व अध्यक्ष शमशेर सिंह दुल्लो ने खन्ना से वोट डाली है और कहा है कि शहीदों की बदौलत ये अधिकार हमें मिला है, इसका प्रयोग हमें जरूर करना चाहिए। और उन्होंने क्या कुछ अपील की वोटर्स से, आप भी सुनिए। ਲੋਕਤੰਤਰ ਦੀ ਚੋਣ ਹੋਣ ਜਾ ਰਹੀ ਹੈ, ਤੁਸੀਂ ਵੀ ਵੋਟ ਦਾ ਇਸਤੇਮਾਲ ਕੀਤਾ, ਕੀ ਕਹਿਣਾ ਚਾਹੋਗੇ? ਇਹ ਬਹੁਤ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਔਰ ਇਹਦੇ ਲਈ ਸਾਡੇ ਰਾਜਗੁਰੂ ਸੁਖਦੇਵ ਸ਼ਹੀਦ ਆਜ਼ਮ ਭਗਤ ਸਿੰਘ ਲਾਲਾ ਲਾਜਪਤ ਰਾਏ ਹਜ਼ਾਰਾਂ ਨਹੀਂ ਲੱਖਾਂ ਮੇਰਾ ਖਿਆਲ ਹੈ ਹਿੰਦੁਸਤਾਨੀਆਂ ਨੇ ਕੁਰਬਾਨੀਆਂ ਦਿੱਤੀਆਂ, ਉਹ 'ਚ ਪੰਜਾਬ ਦਾ ਯੋਗਦਾਨ ਬਹੁਤ ਜ਼ਿਆਦਾ ਔਰ ਇਹ ਜਿਹੜਾ ਵੋਟ ਦਾ ਅਧਿਕਾਰ ਹੈ ਪਹਿਲਾਂ ਇਸ ਹਿੰਦੁਸਤਾਨ ਦੇ ਵਿੱਚ ਅੰਗਰੇਜ਼ਾਂ ਦੇ ਰਾਜ ਵੇਲੇ ਇਹ ਜੈਲਦਾਰਾਂ ਨੂੰ ਮਿਲਦਾ ਸੀ, 10 ਏਕੜ ਜ਼ਮੀਨ ਦੇ ਮਾਲਕਾਂ ਨੂੰ ਮਿਲਦਾ ਸੀ, 10 ਜਮਾਤਾਂ ਪੜ੍ਹੇ ਹੋਇਆਂ ਨੂੰ ਮਿਲਦਾ ਸੀ ਔਰ ਇਨਕਮ ਟੈਕਸ ਜਿਹੜੇ ਪੇ ਕਰਦੇ ਸੀ ਉਹਨਾਂ ਨੂੰ ਦਿੱਤਾ ਸੀ, ਈਵਨ ਔਰਤਾਂ ਨੂੰ ਵੀ ਨਹੀਂ ਇਹ ਅਧਿਕਾਰ ਸੀਗਾ। ਅੰਗਰੇਜ਼ ਹਕੂਮਤ ਨੇ ਅਸੈਂਬਲੀਆਂ ਦੇ ਚੋਣਾਂ ਵਾਸਤੇ 1931 'ਚ ਇੱਕ ਕਮੇਟੀ ਫਰੈਂਚਾਈਜ਼ ਕਮੇਟੀ ਬਣਾਈ ਔਰ ਉਹਦੇ ਲਾਥੋਵਾਲ ਚੇਅਰਮੈਨ ਸੀਗੇ, ਬਾਬਾ ਡਾਕਟਰ ਅੰਬੇਦਕਰ ਵੀ ਉਹਦੀ ਕਮੇਟੀ ਦੇ ਮੈਂਬਰ ਸੀ ਔਰ 26 ਜਨਵਰੀ 1950 ਨੂੰ ਜਿਹੜਾ ਸੰਵਿਧਾਨ ਲਾਗੂ ਹੋਇਆ ਸੀ ਉਹਦੇ 'ਚ ਇਸ ਮੁਲਕ ਦੇ ਵਿੱਚ ਜਿਹੜੇ ਆਦਿਵਾਸੀ ਅਤੇ ਸ਼ਡਿਊਲ ਕਾਸਟ ਅਤੇ ਔਰ ਜਿਹੜੇ ਗਰੀਬ ਲੋਕ ਅਤੇ ਅਛੂਤ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਈਵਨ ਔਰਤਾਂ ਨੂੰ ਇਹ ਜਿਹੜਾ ਅਧਿਕਾਰ ਦਿੱਤਾ ਹੈ ਆਜ਼ਾਦੀ ਤੋਂ ਬਾਅਦ ਕੌਨਸਟੀਟਿਊਸ਼ਨ ਦੇ ਵਿੱਚ ਇਹ ਸਾਰੇ ਵਰਗਾਂ ਨੂੰ ਮਿਲਿਆ। ਇਹ ਵੋਟ ਜਿਹੜੀ ਪਾਉਣੀ ਹੈ ਮੈਂ ਕਹਿੰਦਾ ਸਮਝਦਾ ਵੀ ਇਹ ਇੱਕ ਪਵਿੱਤਰ ਕੰਮ ਹੈ, ਕਿਸੇ ਨੂੰ ਵੋਟ ਪਾਓ ਪਰ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ, ਇਹ 'ਚ ਨਿਵੇਸ਼ਲੇ ਹੋਣ ਦੀ ਜ਼ਰੂਰਤ, ਕਿਉਂਕਿ ਇਹ ਡੈਮੋਕ੍ਰੇਸੀ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਜਦੋਂ ਜਾਇਦ ਨਾ ਮਿਲਿਆ ਸਾਡੇ ਲੋਕਾਂ ਨੂੰ, ਨੌਜਵਾਨ ਹੈ, ਔਰਤਾਂ ਨੇ, ਸਾਡੇ ਸਮਾਜ ਦੇ ਸਾਰੇ ਵਰਗ ਦੇ ਲੋਕਾਂ ਨੂੰ ਚਾਹੀਦਾ ਕਿ ਕਿਸੇ ਨੂੰ ਵੀ ਵੋਟ ਪਾਉਣ ਪਰ ਉਹ ਵੋਟ ਦਾ ਆਪਣੀ ਇਸਤੇਮਾਲ ਕਰਨ, ਆਪਣੀ ਇਹਨੂੰ ਮਤ ਕਿਹਾ ਜਾਂਦਾ ਮਤਦਾਨ, ਆਪਣੀ ਮਤ ਜਿਹਨੂੰ ਵੀ ਪਾਉਣਾ ਚਾਹੁੰਦੇ ਆ ਪਾਓ ਪਰ ਪਾਉਣੀ ਜ਼ਰੂਰ ਚਾਹੀਦੀ ਹੈ, ਘਰ ਨਹੀਂ ਬੈਠਣਾ ਚਾਹੀਦਾ। ਇਹ ਮੈਂ ਬੇਨਤੀ ਕਰਾਂਗਾ ਸ਼ਹਿਰ ਨਿਵਾਸੀਆਂ ਨੂੰ ਵੀ ਇਲਾਕਾ ਵਾਸੀਆਂ ਨੂੰ, ਆਪਣੀ ਵੋਟ ਵੱਧ ਤੋਂ ਵੱਧ ਕੋਈ ਰਹਿ ਨਾ ਜਾਵੇ ਪਾਉਣੀ ਚਾਹੀਦੀ ਹੈ, ਕਿਉਂਕਿ ਲੋਕ ਰਾਜ ਤਦੇ ਮਜ਼ਬੂਤ ਰਹਿ ਸਕਦਾ। ਆਪਣੀ ਰਾਏ ਜ਼ਰੂਰ ਦਿਓ ਔਰ ਰਾਏ ਵੀ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ, ਲੈ ਦੇ ਕੇ ਵੋਟ ਪਾਉਣਾ ਉਹ ਵੀ ਇੱਕ ਜੁਰਮ ਹੀ ਹੈ, ਸਮਝੋ ਗੁਨਾਹ ਕਰਦੇ ਦੇਖਦਾ ਕੋਈ ਨਹੀਂ ਪਰ ਹੈ ਗੁਨਾਹ। ਬਿਊਰੋ ਰਿਪੋਰਟ SMZ ਨਿਊਜ਼।